ਭਾਰਤ ਜੋੜੋ ਯਾਤਰਾ ਜਿਹੜੀ ਸ਼੍ਰੀ ਰਾਹੁਲ ਗਾਂਧੀ ਮੈਂਬਰ ਆਫ ਪਾਰਲੀਮੈਂਟ ਸਾਹਿਬ ਵੱਲੋਂ ਚਲਾਈ ਜਾ ਰਹੀ ਹੈ ਉਹ ਹੁਣ ਪੰਜਾਬ ਦੇ ਵਿੱਚ ਆ ਪਹੁੰਚੀ ਹੈ। ਅੱਜ ਤੋਂ ਲੈ ਕੇ 18 ਤਰੀਕ ਤੱਕ ਇਹ ਯਾਤਰਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਗੁਜ਼ਰੇਗੀ ਔਰ ਅੱਜ ਮੈਂ ਮੇਰੇ ਨਾਲ ਮੇਰੇ ਸਹਿਯੋਗੀ ਸੁਧਾਂਸ਼ੂ ਸ਼੍ਰੀਵਾਸਤਵ ਜੀ, ADGP ਸਿਕਿਉਰਿਟੀ, ਮਿਸਟਰ ਢਿੱਲੋਂ, IG ਸਾਹਿਬ ਜਿਹੜੇ ਇਸ ਪੂਰੀ ਯਾਤਰਾ ਦੇ ਇੰਚਾਰਜ ਨੇ, ਕਮਾਂਡੈਂਟ ਸਾਹਿਬਾਨ, DIG ਸਾਹਿਬ, SSPs ਦੇ ਨਾਲ ਮੀਟਿੰਗ ਕੀਤੀ ਗਈ ਔਰ ਜਿਹੜੇ ਇਸ ਯਾਤਰਾ ਦੇ ਸੰਬੰਧ ਵਿੱਚ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਉਸ ਦੀ ਸਮੀਖਿਆ ਕੀਤੀ ਗਈ। ਮੈਂ ਆਪ ਜੀ ਨੂੰ ਇਹ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਵੱਲੋਂ ਸਾਰੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ ਔਰ ਸਾਨੂੰ ਪੂਰੀ ਉਮੀਦ ਹੈ ਕਿ ਇਹ ਯਾਤਰਾ ਸ਼ਾਂਤੀਪੂਰਵਕ ਢੰਗ ਨਾਲ ਔਰ ਇੱਕ ਅੱਛੇ ਮਾਹੌਲ ਦੇ ਵਿੱਚ ਇਹ ਸਾਰੀ ਯਾਤਰਾ ਖਤਮ ਹੋਵੇਗੀ। ਇਸ ਯਾਤਰਾ ਦੇ ਦੌਰਾਨ ਅਸੀਂ ਕੁਝ ਆਪਣੀ ਸਪੈਸ਼ਲਾਈਜ਼ ਟੀਮ, ਜਿਵੇਂ ਕਿ ਇੱਕ ਮੋਬਾਈਲ ਕੰਟਰੋਲ ਰੂਮ ਸਥਾਪਿਤ ਕੀਤਾ ਹੈ ਜਿਹੜਾ ਯਾਤਰਾ ਦੇ ਨਾਲ ਚੱਲੇਗਾ। ਅਸੀਂ ਡਰੋਨ ਦੇ ਨਾਲ ਲੋਕਾਂ ਦੇ ਉੱਤੇ ਨਿਗਾਹ ਰੱਖਾਂਗੇ ਔਰ ਇਸ ਤੋਂ ਇਲਾਵਾ ਕੁਝ ਜਿਹੜੇ ਸਾਡੇ ਸਪੈਸ਼ਲਾਈਜ਼ਡ ਯੂਨਿਟਸ ਹੈਗੇ ਆ ARP ਦੇ ਔਰ ਹਿੱਟ ਟੀਮਸ, ਉਹ ਸਾਰੀਆਂ ਦੀ ਵੀ ਡਿਪਲੋਇਮੈਂਟ ਇਹਦੇ ਵਿੱਚ ਕੀਤੀ ਹੈ। ਇਸ ਤੋਂ ਇਲਾਵਾ ਕੁਝ ਸੀਨੀਅਰ ਅਧਿਕਾਰੀ ਔਰ ਜਿਹੜੇ CPT ਵਗੈਰਾ ਸਾਰੀ ਲਗਾਈ ਗਈ ਹੈ ਐਜ਼ ਪਰ ਪ੍ਰੋਟੋਕੋਲ ਔਰ ਸਾਰੇ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਇਨ ਪਲੇਸ ਨੇ। ਟ੍ਰੈਫਿਕ ਨੂੰ ਲੈ ਕੇ ਵੀ ਢੁੱਕਵੇਂ ਪ੍ਰਬੰਧ ਕੀਤੇ ਆ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੋਈ ਟ੍ਰੈਫਿਕ ਕਿਤੇ ਰੋਕਿਆ ਨਹੀਂ ਹੈ। ਜਿੱਥੇ ਜਿੱਥੇ ਰੈਗੂਲੇਸ਼ਨ ਦੀ ਲੋੜ ਸੀਗੀ ਉਸਨੂੰ ਰੈਗੂਲੇਟ ਕੀਤਾ ਗਿਆ। ਫਤਿਹਗੜ੍ਹ ਸਾਹਿਬ ਤੋਂ ਪਰਮਜੀਤ ਸਿੰਘ ਧੀਮਾਨ ਦੀ ਖਾਸ ਰਿਪੋਰਟ।